ਨਸ਼ਾ ਕਿਸ ਤਰ੍ਹਾਂ ਚੱਲ ਰਿਹਾ ਜੀ ਸੇਵਾਦਾਰ ਜੀ ਹਾਂਜੀ ਨਸ਼ਾ ਜਿਹੜਾ ਹੈਗਾ ਫਰੀਦਕੋਟ ਦੇ ਵਿੱਚ ਉਸੇ ਤਰੀਕੇ ਨਾਲ ਜਿਹੜਾ ਹੈਗਾ ਉਹਦੇ ਪੈਰ ਪਸਾਰ ਰਿਹਾ ਔਰ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੋਈ ਆ ਕਿ ਰਾਈਆਂ ਵਾਲੇ ਪਿੰਡ ਨੂੰ ਇਹਨਾਂ ਨੇ ਜਿਹੜਾ ਹੈਗਾ ਉਹ ਹੌਟਸਪੌਟ ਸਮਝਿਆ ਔਰ ਸਭ ਤੋਂ ਵੱਧ ਕਹਿੰਦੇ ਵੀ ਉੱਥੇ ਨਸ਼ਾ ਵਿਕ ਰਿਹਾ ਬਟ ਬੜੀ ਹੈਰਾਨੀ ਦੀ ਗੱਲ ਹੋਈ ਵੀ ਡੀਆਈਜੀ ਔਰ ਐਸਐਸਪੀ ਔਰ ਪੂਰੀ ਪੁਲਿਸ ਫੋਰਸ ਦੇ ਨਾਲ ਉੱਥੇ ਰੇਡ ਕੀਤੀ ਗਈ ਤੇ ਮਹ ਜੀ ਸਿਰਫ ਅੱਠ ਪੱਤੇ ਗੋਲੀਆਂ ਦੇ ਮਿਲੇ ਉਥੋਂ ਇਹ ਜਿਹੜੀਆਂ ਗੱਲਾਂ ਇਹ ਚੀਜ਼ਾਂ ਜਿਹੜੀਆਂ ਉਹ ਹਜਮਾਉਣ ਵਾਲੀਆਂ ਨਹੀਂ ਗੀਆਂ ਪੁਲਿਸ ਨੂੰ ਜਿਹੜਾ ਸ਼ਹਿਰ ਦੇ ਅੰਦਰ ਜਿਹੜੇ ਪੁਆਇੰਟ ਆ ਜਿਹੜੇ ਏਰੀਏ ਆ ਇੱਥੇ ਸ਼ਰੇਮ ਚਿੱਟਾ ਵਿਗਦਾ ਕੰਧਾਂ ਦੇ ਉੱਤੇ ਲਿਖਿਆ ਗਿਆ ਵੀ ਇੱਥੋਂ ਚਿੱਟਾ ਮਿਲਦਾ ਹੈ ਪੁਲਿਸ ਨੇ ਹਜ ਤੱਕ ਕੀ ਕਾਰਵਾਈਆਂ ਕੀਤੀਆਂ ਸ਼ਹਿਰ ਦੇ ਬੜੇ ਜਿਹੜੇ ਹੈਗੇ ਆ ਉਹ ਰੈਡ ਅਲਰਟ ਏਰੀਏ ਕੋਸ਼ਤ ਕੀਤੇ ਗਿਆ ਪੁਲਿਸ ਵੱਲੋਂ ਔਰ ਸ਼ਰੇ ਆਮ ਜਿਹੜਾ ਹੈਗਾ ਕੱਲ ਵੀ ਇੱਕ ਵੀਡੀਓ ਜਿਹੜੀ ਹੈਗੀ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਨਸ਼ਰ ਹੋਈ ਆ ਵੀ ਜਿਹੜਾ ਹੈਗਾ ਚਿੱਟਾ ਕਿ ਇਸ ਤਰੀਕੇ ਨਾਲ ਉਹ ਚਿੱਟਾ ਵੇਚਦੇ ਹੋਏ ਬੰਦਿਆਂ ਦੀਆਂ ਜੜੀਆਂ ਹੈਗੀਆਂ ਵੀਡੀਓ ਆ ਰਹੀਆਂ ਪਰ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਕੀ ਕਾਰਵਾਈਆਂ ਕਰਦਾ ਸਮਝ ਤੋਂ ਬਾਹਰ ਆ ਬਿਲਕੁਲ ਹੋਰ ਸਪੋਟਿੰਗ ਦੀ ਗੱਲ ਕੀਤੀ ਜਾਂਦੀ ਹੈ ਲੇਕਿਨ ਇੱਥੇ ਦਾ ਨਸ਼ਾ ਕੋਈ ਕੋسی ਦੂਰੀ ਤੇ ਐਸਐਸਪੀ ਦਫਤਰ ਆ ਥਾਣਾ ਸਿਟੀ ਆ ਲੇਕਿਨ ਇਸ ਤੋਂ ਬਾਅਦ ਜਿਹੜੇ ਲੋਕ ਆਉਂਦੇ ਨੇ ਅਸੀਂ ਵੀ ਵੀਡੀਓ ਚ ਵੇਖਿਆ ਕਿ ਮੋਟਰਸਾਈਕਲ ਉਤੇ ਆਉਂਦੇ ਨੇ ਇੱਕ ਤੋਂ ਬਾਅਦ ਇੱਕ ਬੰਦਾ ਉਥੋਂ ਨਸ਼ਾ ਲੈ ਕੇ ਜਾਂਦਾ ਤੇ ਇਹ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਬਾਕੀ ਜੇ ਥਾਵਾ ਤੇ ਜਾ ਕੇ ਸਿਰਫ ਕਾਰਵਾਈ ਕੀਤੀ ਜਾਂਦੀ ਆ ਤੇ ਇੱਥੇ ਜਿਹੜੇ ਨਾਲ ਅਧਿਕਾਰੀ ਬੈਠਦੇ ਨੇ ਜਾਂ ਸਰਕਾਰ ਇਹਨਾਂ ਨੂੰ ਪਹਿਲੇ ਕੋਈ ਇਨਫੋਰਮੇਸ਼ਨ ਮਿਲ ਜਾਂਦੀ ਹੈ ਕਿ ਇੱਥੇ ਚੈਕਿੰਗ ਹੋਣੀ ਹੈ ਇੱਥੋਂ ਤਕਰੀਬਨ ਤੁਸੀਂ ਦੇਖ ਲਓ ਵੀ ਜਿਹੜਾ ਥਾਣਾ ਤਕਰੀਬਨ ਅੱਧਾ ਕਿਲੋਮੀਟਰ ਵੀ ਨਹੀਂ ਹੋਣੀ ਉਹਦੀ ਦੂਰੀ ਐਸਐਸਪੀ ਦਫ਼ਤਰ ਅੱਧਾ ਕਿਲੋਮੀਟਰ ਦੀ ਦੂਰੀ ਤੇ ਬੈਠੇ ਹੋਣਗੇ ਬਟ ਜਿਹੜਾ ਹੈਗਾ ਸ਼ਰੇਆਮ ਮੋਟਰਸਾਈਕਲਾਂ ਦੇ ਉੱਪਰ ਆਉਂਦੇ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਬੰਦਾ ਚਿਟਾ ਵੇਚ ਰਿਹਾ ਕੁੜੀਆਂ ਦੇ ਰਿਹਾ ਵਾਰ-ਵਾਰ ਨੌਜਵਾਨ ਆ ਰਹੇ ਆ ਔਰ ਜਿਹੜੀ ਇਹ ਨੌਜਵਾਨੀ ਦਾ ਘਾਣਾ ਜਿਹੜਾ ਇਹ ਲਗਾਤਾਰੇ ਜਾਰੀ ਆ ਔਰ ਪੁਲਿਸ ਜਿਹੜੀ ਹੈਗੀ ਆ ਸਿਰਫ ਉਹ ਕਾਗਜ਼ੀ ਕਾਰਵਾਈਆਂ ਦੇ ਵਿੱਚ ਮਸਰੂਫ ਆ ਔਰ ਜ ਪੁਲਿਸ ਪ੍ਰਸ਼ਾਸਨ ਦੇ ਹੱਥ ਹਜੇ ਵੀ ਵੱਡੇ ਜਿਹੜੇ ਸਮਗਲਰ ਆ ਜਿਹੜੇ ਵੱਡੇ ਜਿਹੜੇ ਬੰਦੇ ਜਿਹੜੇ ਨਸ਼ੇ ਦੇ ਕਿੰਗਪਿੰਨ ਹੈਗੇ ਆ ਉਹਨਾਂ ਨੂੰ ਫੜਨ ਦੇ ਵਿੱਚ ਸਫਲ ਆ ਔਰ ਸਿਰਫ ਖਾਨਾ ਪੂਰਤੀਆਂ ਹੋ ਰਹੀਆਂ ਨਹੀਂ ਬਿਲਕੁਲ ਕਿ ਦੇਖਿਆ ਕਿ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਸੀ ਨਾ ਸੋਰਸ ਨੇ ਉਹਨਾਂ ਨੂੰ ਦੱਸਿਆ ਕਿ ਖਾਨਾ ਪੂਰਤੀ ਹੋ ਰਹੀ ਹੈ ਕਿਉਂਕਿ ਕਈ ਜਗ੍ਹਾ ਤੇ ਜਾ ਕੇ ਰੇਡ ਕੀਤੀ ਜਾਂਦੀ ਹੈ ਉੱਥੇ ਜਾ ਕੇ ਜਿਹੜੇ ਔਰ ਸਪੋਰਟ ਏਰੀਆ ਨੇ ਉੱਥੇ ਪੁਲਿਸ ਦੇ ਵੱਡੇ ਅਧਿਕਾਰੀ ਆਪ ਜਾਂਦੇ ਨੇ ਡੀਆਈਜੀ ਆਪ ਜਾਂਦੇ ਨੇ ਐਸਐਸਪੀ ਆਪ ਨੇ ਦੋ ਸੌ ਦੇ ਕਰੀਬ ਮੁਲਾਜ਼ਮ ਜਾਂਦਾ ਤਾਂ ਉੱਥੋਂ ਨਸ਼ਾ ਜਿਹੜਾ ਨਾਮਾਤਰ ਦੀ ਇੰਤਰਾ ਮਿਲਦਾ ਤੇ ਲੇਕਿਨ ਉੱਥੇ ਦੂਸਰੀ ਤਰਫ ਜਿੱਥੇ ਅਫਸਰ ਸਹਿਬਾਨ ਆ ਬੈਠਦੇ ਨੇ ਉੱਥੇ ਨਸ਼ਾ ਕਿੰਨੇ ਵੱਡੇ ਬਦਰੇ ਵੇਖ ਰਿਆ ਲੋਕ ਆਉਂਦੇ ਨੇ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਸ਼ੇ ਦਾ ਲੈਣ ਦੇਣ ਹੋ ਰਿਹਾ ਕਿਸ ਤਰ੍ਹਾਂ ਲੋਕ ਆਉਂਦੇ ਨੇ ਜਿਸ ਤਰ੍ਹਾਂ ਕਿ ਉਹਨਾਂ ਨੂੰ ਕਿਸੇ ਦਾ ਕੋਈ ਡਰ ਪੈ ਨਹੀਂ ਆ ਤੇ ਇਸ ਕਰਕੇ ਜ਼ਰੂਰਤ ਹੈ ਜਿਸ ਤਰ੍ਹਾਂ ਪੰਜਾਬ ਸਰਕਾਰ ਪੂਰੀ ਸ਼ਕਤੀ ਦਿਖਾ ਰਹੀ ਆ ਥੱਲੇ ਅਧਿਕਾਰੀਆਂ ਨੂੰ ਇਹ ਸ਼ਕਤੀ ਕਰਨੇ ਪਵੇਗੇ ਤਾਂ ਕਿ ਲੋਕ ਜਿਹੜਾ ਨਸ਼ੇ ਤੇ ਰੋਗ ਨਕੇਲ ਕੱਸੀ ਜਾਵੇ ਕਿਉਂਕਿ ਸਰਕਾਰ ਪਹਿਲੇ ਕਹਿ ਰਹੀ ਹੈ ਨਸ਼ਾ ਵੇਚਣ ਵਾਲਾ ਤੇ ਨਸ਼ਾ ਲੈਣ ਵਾਲਾ ਅਗਰ ਕੋਈ ਨਸ਼ਾ ਕਰਦਾ ਤਾਂ ਉਹਨੂੰ ਛੱਡਣਾ ਚਾਹੁੰਦਾ ਉਹਨੂੰ ਦਖਲ ਕਰਵਾਇਆ ਜਾਵੇ ਲੇਕਿਨ ਦੂਜੇ ਪਾਸੇ ਏਡੇ ਵੱਡੇ ਪੱਧਰ ਤੇ ਨਸ਼ੇ ਦਾ ਕਾਰੋਬਾਰ ਜਿਹੜਾ ਫ੍ਰੀਕੋਰ ਵਿੱਚ ਚੱਲ ਰਿਹਾ ਹੈ ਇਹਦੇ ਕਿਤੇ ਨਾ ਕਿਤੇ ਜਾ ਕੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਹੁੰਦੇ ਨੇ